लगदा अजे तक सुता ही यार। ओ सुखे पुत, हाँ भी पुत्रा, चल आ खेतां नूं चलिए भाई। चलो बापू, पिंडा नहीं दिखण डिया किथे आ? पिंडा बापू जी पता नहीं, देखो ला ओ बैठा ओ पिंडे पुत। हाँ बापू। हाँ भाई। ਪੀ ਸਵੇਰੇ ਸਵੇਰੇ ਰੌਲਾ ਪਾਇਆ ਤੁਮੀ। ਹਾਂ ਚੱਕ ਬਈ, ਕਈ ਚੱਕ, ਚੱਲ ਆ ਖੇਤਾਂ ਨੂੰ ਪਾਣੀ ਲਾਉਣ ਚੱਲੀਏ। ਆ ਜਾਓ ਮੇਰੇ ਪੁੱਤਰੋ, ਆ ਜਾਓ। ਹੁਣ ਗੱਲ, ਹਾਂਜੀ ਬਾਪੂ ਦਾ ਹੈਗਾ ਦਿਮਾਗ ਖਰਾਬ, ਮੈਂ ਚੱਲਾਂ ਕਾਲਜ, ਮੈਂ ਪੜ੍ਹਨਾ ਨਹੀਂ ਹੈਗਾ। ਕੀ ਹੋ ਗਿਆ? ਚੱਲ ਪਈ ਯਾਰ, ਉਹ ਮੈਂ ਭਰਾਵਾ ਕਾਲਜ ਚੱਲਾਂ, ਆਪੇ ਦੇਖੋ ਪਾਣੀ। ਖੇਤੀ ਨਹੀਂ ਪਿਆਰੀ? ਉਹ ਕੁਛ ਨਹੀਂ ਹੁੰਦਾ, ਮੈਂ ਚੱਲਾਂ ਕਾਲਜ, ਤੂੰ ਕਰ ਪਾਣੀ ਦਾ ਕੰਮ ਯਾਰ। ਆ ਜਾਓ ਬਈ। ਹਾਂਜੀ ਚਲੋ ਬਾਪੂ ਜੀ। ਪਿੰਡਾ ਕਿੱਥੇ ਗਿਆ? ਉਹ ਪਿੰਡਾ ਚੱਲ ਗਿਆ ਘਰ ਨੂੰ ਵਾਪਸ। ਕਿੱਥੇ? ਉਹ ਕਹਿੰਦਾ ਕਾਲਜ ਜਾਣਾ। ਕਾਲਜ ਜਾਣਾ? ਉਹਨੇ ਕਾਲਜ ਸਵਾਹ ਪੜਨਾ, ਆਸ਼ਕੀਆਂ ਕਰਨੀਆਂ ਉਹਨੇ। ਚੱਲ ਆ ਪੁੱਤ, ਆਪਾਂ ਚੱਲੀਏ ਖੇਤਾਂ ਨੂੰ। ਬਾਪੂ ਪੜ ਲੈ ਜੀ, ਹਜੇ ਦੇਖ ਲੈਂਦੇ ਮੋਟਰ ਤੇ, ਦੇਖ ਲਈ ਤੂੰ ਇਦਾਂ ਕਰੀ ਤੇ ਆ ਜਾਂਦਾ ਪਿੰਡਾ ਤੇ। ਆ ਪਾਨਾ ਪਿਆ, ਤੇ ਪਾਨੇ ਨਾਲ ਖੋਲ ਪਾਣੀ ਲਾ। ਚੱਲ ਸ਼ਾਬਾਸ਼। अच्छा वाह, शाबाश शाबाश। लग गया बापू। शाबाश शाबाश, चल भाई वेरी गुड। आ वे पुत्र, आ तेनू दिखाउणी ही जमीन धस गई है। ऐ की हो गया? ऐदा कर पुत्रा, तेरे बस दी खेड़ नहीं है। ਫੜਾ ਕਹੀ ਇੱਧਰ, ਉਰੇ ਫੜਾ। ਹਲੋ ਬਾਪੂ। ਲਿਆ, ਆਪਾਂ ਨੂੰ ਕਰਨਾ ਪੈਣਾ ਕੰਮ। ਪਿੰਦੇ ਉਹ ਪੁੱਤਰ, ਪਿੰਦੇ ਉਹ ਸੁੱਖੇ, ਉਹ ਦੇਖ ਪਿੰਦਾ ਅੰਦਰ ਹੀ ਆ। ਬਾਪੂ ਗੱਡੀ ਤਾਂ ਖੜੀ ਨੀ, ਚੱਲ ਗਿਆ ਹੋਣਾ ਕਾਲਜ ਪਿੰਦਾ। ਅੱਛਾ, ਹਾਂਜੀ ਚੱਲ ਐ ਕਰ ਫਿਰ, ਤੂੰ ਰੋਟੀ ਲੈ ਆ। ਮੈਂ ਰੋਟੀ ਲੈ ਆਉਂਦਾ, ਇੱਥੇ ਬਹਿਣਾ। ਤੁਸੀਂ ਬੈਠੋ। ਪੁੱਤਰ ਜਲਦੀ ਲੈ ਆ ਰੋਟੀ, ਉਹ ਫਿਰ ਬਾਜ਼ਾਰ ਵੀ ਜਾਣਾ ਆ। ਮੈਂ ਸੁਣਿਆ ਬੀਜ ਮਹਿੰਗਾ ਹੋ ਗਿਆ। ਆ ਗਿਆ, ਆ ਗਿਆ ਬਾਪੂ। ਪੁੱਤਰ ਤੂੰ ਨੀ ਛਕਣੀ? ਨਾ ਨਾ ਬਸ ਛਕੋ, ਬੀਜ ਲੈ ਆਈਏ ਫਿਰ ਛਕ ਲਾਂਗਾ ਮੈਂ। ਜੇ ਮੋਬਾਈਲ ਤੋਂ ਵੇਲ ਮਿਲ ਗਿਆ ਹੋਵੇ ਤਾਂ ਚੱਲੀਏ ਬਾਜ਼ਾਰ। ਚਲੋ ਚਲੋ ਬਾਪੂ, ਮੈਂ ਤੁਹਾਡੇ ਪਾਂਡੇ ਰੱਖਾ ਵਾਂ। ਹਾਂ ਆ ਗਿਆ। ਚੱਲ ਬਈ ਲੈ। ਸਰਕਾਰਾਂ ਨੂੰ ਪਤਾ ਨਹੀਂ ਕੀ ਹੋ ਗਿਆ ਹੈ, ਪਹਿਲਾਂ ਕਿੱਦਾਂ ਬਿਲਿਆ, ਕੀ ਹਾਲ ਨੇ ਤੇਰੇ? ਹਾਂ ਬਈ ਬਿਲਿਆ, ਕੀ ਹਾਲ ਹੈ? ਸਤਿ ਸ਼੍ਰੀ ਅਕਾਲ ਪੁੱਤਰ, ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਤੁਹਾਡੇ? ਬਹੁਤ ਵਧੀਆ, ਬਹੁਤ ਵਧੀਆ ਕਿਰਪਾ। ਕਿੱਧਰ ਆਇਆ?
ਬਸ ਉਦਾਂ ਹੀ ਮੈਂ ਕਿਹਾ ਇੱਧਰ ਆਉਂਦੇ ਵੀ ਮਿਲ ਲਈਏ ਕਿ ਮਿਲੋ 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 ਕੋਈ ਨਹੀਂ ਮਿਲੋ ਆਇਆ ਬਾਪੂ ਮੈਂ ਫੇਰ ਗੇੜਾ ਜਿਹਾ ਕੱਟ ਕੇ ਇਹਦੇ ਨਾਲ ਜਾਣ ਡਿਆ ਵਾ ਆਹੋ ਹੁਣੇ ਆ ਗਿਆ ਬਸ 5-10 ਮਿੰਟਾਂ 'ਚ ਚੱਲ ਜਲਦੀ ਆਈ ਫਿਰ ਖੇਤਾਂ ਨੂੰ ਵੀ ਜਾਣਾ ਸ਼ਾਮੀ ਹੈ ਜਲਦੀ ਆਈ ਮੇਰਾ ਪੁੱਤਰ ਚੱਲ ਸ਼ਾਬਾਸ਼ ਵੀ ਧਿਆਨ ਨਾਲ ਜਾਇਓ ਹਾਂ ਚੱਲੀ ਅੰਦਰ माल रोटी ला जा ठीक है मैं साफ कर दा जरा ठीक है बापू ਹੋਰ ਜ਼ਿਮੀਦਾਰ ਸਾਹਿਬ ਪੈਰੀ ਪੈਣਾ ਓ ਜ਼ਿਮੀਦਾਰ ਹੈ ਵੀ ਆਰਤੀਆ ਕੀ ਹਾਲ ਹੈ ਬਾ ਵਧੀਆ ਵਧੀਆ ਇਹ ਦਿਨ ਕਿੱਥੇ ਰਿਹਾ ਤੂੰ ਹੈ ਮੈਂ ਕਿਸੇ ਕੰਮ ਗਿਆ ਆਇਆ ਸੀਗਾ ਅੱਛਾ ਚਲ ਮੈਂ ਕਿਹਾ ਲੰਘਦਾ ਤੁਹਾਨੂੰ ਮਿਲਦਾ ਜਾਵਾਂ ਹਾਂ ਨਹੀਂ ਨਹੀਂ ਚੰਗਾ ਕੀਤਾ ਬਹੁਤ ਚੰਗਾ ਕੀਤਾ ਹੋਰ ਕਿਵੇਂ ਲਾਈਏ ਛੋਟੇ ਛੋਟੇ ਦੋ ਪਿਆਲੇ ਚਾਹ ਦੇ ਨਾ 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 ਜ਼ਿਮੀਦਾਰ ਸਾਹਿਬ ਕੀ ਕਰੀਏ ਪੰਗੇ ਹੀ ਬੜੇ ਵੱਧ ਗਏ ਆ ਪੰਗੇ ਮਾੜਾ ਹੀ ਹਾਲ ਹੋਇਆ ਇੱਥੇ ਟਰੈਕਟਰ ਦਾ ਕੰਮ ਰਹਿ ਗਿਆ ਕੋਈ ਨਹੀਂ ਕੱਲ੍ਹ ਕਰਾਉਂਦੇ ਦਾ ਵੀ ਬਾਪੂ ਨੂੰ ਕਹਿ ਦੂੰਗਾ ਰੋਟੀ ਛਕੀਏ ਟੈਨਸ਼ਨਾਂ ਹੀ ਬੜੀਆਂ ਵੱਧ ਗਈਆਂ ਕੀ ਦੱਸੀਏ ਸਰਕਾਰਾਂ ਨੇ ਬਿੱਲ ਪਾਸ ਕਰਤੇ ਸਾਡਾ ਆਪਦਾ ਨਹੀਂ ਪਤਾ ਕੀ ਬਣਨਾ ਸਰਕਾਰਾਂ ਨੇ ਬਿੱਲ ਪਾਸ ਕਰ ਦਿੱਤੇ ਉਹ ਹੁਣ ਕੀ ਕਰਤਾ ਸਰਕਾਰ ਨੇ ਲੈ ਵੀਡੀਓ ਦੇਖ ਲਈਏ ਨਾਲ ਜਿਹੜੀ ਰਹਿ ਗਈ ਸੀ ਆਪਣੀ ਹੈ ਕਿੱਦਾਂ ਬਾਪੂ ਕੀ ਹਾਲ ਆ ਉਹ ਕਿਵੇਂ ਬਈ ਜਵਾਨਾ ਜਿਉਂਦਾ ਰਹਿ ਜਿਉਂਦਾ ਰਹਿ ਉਹ ਮਿਲ ਗਿਆ ਟਾਈਮ ਘਰੇ ਆਉਣ ਦਾ ਉਹ ਬਾਪੂ ਕੰਮ ਸੀ ਜ਼ਰੂਰੀ ਅੱਛਾ ਆ ਕੌਣ ਨੇ ਇਹ ਆਪਣੇ ਬੜੇ ਖਾਸ ਬੰਦੇ ਨੇ ਆੜਤ ਦਾ ਕੰਮ ਕਰਦੇ ਆ ਉਹ ਆਪਾਂ ਇੰਨਾ ਵਾਲੀ ਹਰ ਸਾਲ ਫਸਲ ਸਿੱਟਦੇ ਆ ਉਹ ਠੀਕ ਆ ਪਰ ਜ਼ਿਮੀਦਾਰ ਸਾਹਿਬ ਸ਼ਾਇਦ ਇਸ ਵਾਰ ਅਸੀਂ ਤੁਹਾਡੀ ਫਸਲ ਨਹੀਂ ਲੈ ਸਕਦੇ ਕਿਉਂ ਆੜਤੀ ਸਾਹਿਬ ਇਵੇਂ ਕਿਉਂ ਉਹ ਬਾਪੂ ਜਿਹੜੀ ਤੇਰੇ ਨਾਲ ਮੈਂ ਜ਼ਰੂਰੀ ਗੱਲ ਕਰਨੀ ਸੀ ਨਾ ਉਹ ਇਹੀ ਕਾਰਨ ਆਇਆ ਸੀਗਾ ਸੈਂਟਰ ਦੀ ਸਰਕਾਰ ਨੇ ਨਵੇਂ ਖੇਤੀ ਕਾਨੂੰਨ ਬਿੱਲ ਪਾਸ ਕਰਤੇ ਆ ਓਏ ਹੁਣ ਕਿਹੜੇ ਖੇਤੀ ਬਿੱਲ ਪਾਸ ਕਰ ਦਿੱਤੇ ਆ ਆਪਣੀ ਫਸਲਾਂ ਦਾ ਮੁੱਲ ਲਾਉਣ ਨੂੰ ਸੈਂਟਰ ਨੇ ਜਿਹੜੇ ਬਿੱਲ ਪਾਸ ਕੀਤੇ ਆ ਹਨਾ ਜਿੱਦਾਂ ਆਪਾਂ ਆੜਤੀਆ ਸਾਹਿਬ ਦੇ ਫਸਲ ਲੈ ਕੇ ਜਾਂਦੇ ਆ ਉਹਦੇ ਵਿੱਚ ਆਪਾਂ ਨੂੰ MSP ਮਿਲਦੀ ਆ ਬਿਲਕੁਲ ਪੱਕਾ ਮੁੱਲ ਮਿਲਦਾ ਆ ਬਿਲਕੁਲ ਹੁਣ ਸਰਕਾਰ ਗੌਰਮੈਂਟ ਬਸ ਮੂੰਹ ਨਾਲ ਬੋਲੀ ਜਾਂਦੀ ਆ ਅਸੀਂ ਪ੍ਰਾਈਵੇਟ ਸੈਕਟਰ 'ਚ ਵੀ ਦਵਾਂਗੇ ਪਰ ਕਾਨੂੰਨ ਦੇ ਵਿੱਚ ਕਿਤੇ ਨਹੀਂ ਲਿਖਿਆ ਇਹਨਾਂ ਨੇ ਹਾਂਜੀ ਤੁਹਾਨੂੰ MSP ਮਿਲੂਗੀ ਮਤਲਬ MSP ਬਿਲਕੁਲ ਖਤਮ ਕਰ ਦਿੱਤੀ ਹਾਂਜੀ MSP ਵੀ ਖਤਮ ਕਰ ਦਿੱਤੀ ਆੜਤੀਆਂ ਦਾ ਰੋਲ ਵੀ ਖਤਮ ਕਰ ਦਿੱਤਾ ਅੱਛਾ ਜ਼ਿਮੀਦਾਰ ਸਾਹਿਬ ਕਿਸਾਨ ਤਾਂ ਮਰਿਆ ਹੀ ਮਰਿਆ ਅਸੀਂ ਵੀ ਨਾਲ ਹੀ ਮਰੇ ਹਾਂ ਪਰ ਆੜਤੀ ਸਾਹਿਬ ਸਰਕਾਰ ਸਾਡੇ ਨਾਲ ਇੰਨਾ ਧੱਕਾ ਕਿਵੇਂ ਕਰ ਸਕਦੀ ਆ ਵੀਰੇ ਬਾਪੂ ਆ ਵੇਖੋ करेंगे कृषि अध्यादेशों पर सड़कों पर उतरे किसान किसान आज संसद का घेराव करेंगे हरियाणा पंजाब समेत कई जगहों पर सड़क पर आए किसान तो तमाम जगहों पर कृषि अध्यादेशों को लेकर किसानों में गुस्सा देखने को मिल रहा है हालांकि राज्य सरकारों की तरफ से कोशिशें हो रही है अलग अलग डेलीगेशन बनाकर किसानों से बातचीत की जाए कृषि अध्यादेशों के बारे में किसानों को जानकारी दी जाए लेकिन इसके बावजूद भी तमाम जगहों पर हम देख रहे हैं कि किसान जो है वो गुस्से में नजर आ रहे हैं।
मेरी जमीन तेरी नहीं रही, मेरी फसल कितने गई। यही कहता है? हाँ जी सर, सर इनकी फाइल्स। ठीक है। देखो भाई, खेत तो अच्छे हैं। हाँ जी सर। किसान फंसे हुए हैं। हाँ जी सर। नेगोशिएट अच्छा हो जाएगा। यस सर। अच्छे प्राइस में मिल जाएंगे। यस सर। ठीक है। यस। मसक्कत काल नानक ते मुख उजले खेती। देखो भाई, खेत तो अच्छे हैं। हाँ जी सर। किसान फंसे हुए हैं। हाँ जी सर। नेगोशिएट अच्छा हो जाएगा। यस सर। अच्छे प्राइस में मिल जाएंगे। यस सर। ठीक है। यस। छुट्टी देखे तो लगते मतलब इन्हों का यह फसल असी अपने लिए उगाई आडिया कंपनिया फसल से नगाह ना पा लियो जे फसल ते निगाह रखी ना इत्थे एसी फसल दे विच तुहानू खाद वांग खलार देंगे। एक गल होर सुन लो, तुहानू की लगता
कि किसान भुखा मरेगा। ओए जे रब एक राह बंद करदा ना ते 36 होर खोलदा है। ओ तुहाडे अगे जोड़े हाथ, ओ चले जाओ इत्थों, चले जाओ, चलो चले जाओ, चलो। हां मेरा पुत्त, चल बापू चलिए। चल चंगे दिनां दी इन्हां ने एक होर गवाही भरती आ, जेड़ा रोटी बीजे ओदी रोटी औखी करती आ। साडी खुद दी रोटी चल जाऊ, असी ठल्लण वाले नहीं, थल्ले अलग अलग फसलां अगे घल्लण वाले नहीं। इकट्ठे होके दिखिया रोस कुल किसान दा, पता लग जाऊ थोनू भी फिर मुल किसान दा, पता लग जाऊ थोनू भी उदो मुल किसान दा। वाहेगुरु जी का खालसा, वाहेगुरु जी की फतेह। उम्मीद है कि आप जी ने साडी वीडियो पसंद आई होएगी। अगर पसंद आई है तो साडा चैनल लाइक करो, सबसक्राइब करो, शेयर करो। तो होर भी थोड़े को अगर सोशल अगर थोड़े को कोई कंटेंट है तो तुम साढ़े नाल लिंक कर सकते हो, सानू तुसी सेंड कर सकते हो, तो असी होर भी ये उत्ते वीडियोज़ बना सकते हैं। तो उम्मीद है कि आप जी ने साडी ये कीता होया काम छोटा जिहा उपराला पसंद आया होएगा। तो मैं एक चीज़ होर कहांगा कि असी किसान वीरां दे नाल खड़े हाँ, खड़े सी, खड़े रहांगे। साडा अन्नदाता देश दा महान है, साडा किसान महान है, साडा जवान महान है। वाहिगुरु जी का खालसा, वाहिगुरु जी की फतेह। देखो साडे चैनल ते बैक टू बैक वीडियो आंदियां रहणगियां। मैं